ਨਜ਼ਰ ਕਮਜ਼ੋਰ ਹੋ ਜਾਂਦੀ ਬੰਦੇ ਦੀ ਵੇਲੋ ਕੰਮ ਕਰਦਿਆ ਕਰਦੇ ਆ ਦੇਖ ਲੋ ਐਨਕ ਲੱਗ ਗਈ ਮੈਨੂੰ ਐਸੇ ਲੱਗਣੀ ਚਾਹੀਦੀ ਭਾਈ ਦਿਓ ਕੀ ਕਰਵਾਣਾ ਕੀ ਤੁਸੀਂ ਜੇਬਾਂ ਕੱਟ ਲੈਂਦੇ ਜੇਬ ਕੱਟੀ ਰਫੂਗਾ ਨਹੀਂ ਆ ਮੈਂ ਸਹੀ ਹੈ ਠੀਕ ਹੈ ਤੇ ਭਾਜੀ ਨੀਹਾਂ ਕਢਾਣੀਆਂ ਸੀ ਉਹ 300 ਰੁਪਏ ਦਾ ਭਾਈ ਆਉਂਦਾ ਕੀ ਅੱਜ ਜਾਂਦਾ ਤੇਰਾ ਜਾਂਦਾ ਕੀ ਹੈ ਤੇਰਾ ਲੱਗਦਾ ਕੀ ਹੈ ਕੈਚਅਪ ਕੈਚਅਪ ਨਾ ਕਰਨਾ ਇਹਦੀ ਭਾਜੀ ਟੋਪੀ ਬਣਾਉਣੀ ਆਪਾਂ ਐਸ ਐਸ ਦੀ ਟੋਪੀ ਬਣਾਉਣੀ ਮੈਂ ਕਿਹਾ ਫਰਮਾ ਟੈਪ ਆ ਨਾ ਸਿਰ ਲਓ ਜੀ ਸਵੇਰ ਦੀ ਕਮੀਜ਼ ਜਿਹੜੀ ਹੈ ਨਾ ਉਹਦੇ ਚੱਕਰਾਂ 'ਚ ਪਏ ਪਤਾ ਨਹੀਂ ਕਿੱਥੋਂ ਪੜਵਾ ਲਿਆਉਂਦੇ ਨੇ ਲੋਕ ਸਮਝ ਨਹੀਂ ਲੱਗਦੀ ਇਹ ਦੇਖੋ ਰਫੂ ਕਰਨਾ ਵੀ ਕੋਈ ਮੁਸ਼ਕਲ ਕੰਮ ਹੈਂਜੀ ਸੂਈ 'ਚ ਧਾਗਾ ਵੀ ਪਾਓ ਫਿਰ ਸਲਾਮ ਭਾਈ ਵਾਲੇਕੁਮ ਸਲਾਮ ਜੀ ਭਾਈ ਮੰਗਦੇ ਤੁਸੀਂ ਭਾਈ ਜੀ ਕੀ ਗੱਲ ਕਰਦੇ ਪਏ ਹੋ ਮੈਂ ਰਫੂਗਰ ਹਾਂ ਬਿੱਲਾ ਰਫੂਗਰ ਮੈਂ ਹੀ ਹਾਂ ਜੀ 6 ਨੰਬਰ ਗਲੀ ਮਸ਼ਹੂਰ ਅਮਰੂਫ ਪੁਰਾਣੀ ਦੁਕਾਨ ਕਾਫੀ ਪੁਰਾਣੀ ਦੁਕਾਨ ਦੰਗ ਲੱਗਾ ਦੁਕਾਨ ਨੂੰ ਯਾਰ ਨਜ਼ਰ ਕਮਜ਼ੋਰ ਹੋ ਜਾਂਦੀ ਬੰਦੇ ਦੀ ਵੇਲੋ ਕੰਮ ਕਰਦਿਆ ਕਰਦੇ ਆ ਦੇਖ ਲਓ ਐਨਕ ਲੱਗ ਗਈ ਮੈਨੂੰ ਐਸੇ ਲੱਗਣੀ ਚਾਹੀਦੀ ਭਾਈ ਅੱਜ ਫਿਰ ਕੰਮ ਜੋ ਹੋਇਆ ਸਿਰ ਦੇ ਹਿਸਾਬ ਨਾਲ ਮੈਂ ਕਹਿੰਦਾ ਤੁਸੀਂ ਸਾਫਾ ਬੰਨੋ ਸਿਰ ਤੇ ਲਸ਼ਕਾਰਾ ਪੈਂਦਾ ਦੂਰੋਂ ਬੰਦਾ ਦੇਖਦਾ ਨਾ ਦੁਕਾਨ ਨਾਲ ਤੇ ਅੱਖਾਂ 'ਚ ਚਮਕ ਪੈਂਦੀ ਭਾਜੀ ਹੁਣ ਕੀ ਕਰੀਏ ਦੱਸੋ ਚਮਕ ਦਾ ਕੀ ਇਲਾਜ ਕਰੀਏ ਹਾਂਜੀ ਨਵੀਆਂ ਪੈਂਟਾਂ ਲਈਆਂ ਬੱਚਿਆਂ ਦੀਆਂ ਨਾ ਅੱਛਾ ਉਹ ਬੱਚੇ ਤੁਹਾਨੂੰ ਪਤਾ ਵੀ ਸ਼ਰਾਰਤਾਂ ਕਰਦੇ ਖੇਡਦੇ ਆ ਜ਼ਾਹਰੀ ਬਾਤ ਹੈ ਜੀ ਬੱਚਿਆਂ ਦਾ ਕੰਮ ਹੀ ਹੈ ਤੇ ਉਹ ਗੋਡਿਆਂ ਤੋਂ ਨਾ 2-3 ਪੈਂਟਾਂ ਰਗੜ ਲੱਗ ਗਈ ਰਗੜ ਹਾਂਜੀ ਸਾਈਕਲ ਚਲਾਉਂਦੇ ਆ ਐਸਾ ਕਰਨਾ ਵਾ ਤੁਸੀਂ ਕਿ ਨਾ ਜ਼ਿੰਦਗੀ 'ਚ ਪਤਾ ਨਾ ਲੱਗੇ ਕਿ ਵੀ ਇਹ ਪੈਂਟ ਪੁਰਾਣੀ ਹੈ ਜਾਂ ਨਵੀਂ ਸੀ ਜਾਂ ਰਫੂ ਕੀਤੀ ਹੈ ਜਾਂ ਕੋਈ ਚੱਕਰ ਹੈ ਭਾਈ ਜੀ ਬਿੱਲਾ ਮੈਂ ਫੇਰ ਹੀ ਮੰਨਣਾ ਅਸਰਾ ਨਹੀਂ ਮੰਨ ਸਕਦਾ ਬਿੱਲੇ ਦਾ ਨਾਂ ਹੈ 6 ਨੰਬਰ ਗਲੀ 'ਚ 18 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੇ ਆ ਇੱਕ ਤੇ ਬਿੱਲਾ ਹੁੰਦਾ ਨਾ ਫੱਟਿਆਂ ਥੱਲੇ ਮਤਲਬ ਕਸਾਈਆਂ ਦੇ ਫੱਟੇ ਥੱਲੇ ਬਿੱਲਾ ਇੱਕ ਉਹ ਹੁੰਦਾ ਲੇਕਿਨ ਤੁਸੀਂ ਬਿੱਲਾ ਜਿਹੜਾ ਨਾ ਇਹ ਕਾਰੀਗਰ ਬਿੱਲਾ ਰਫੂ ਦਾ ਹਾਂਜੀ ਇੱਕ ਨੰਬਰ 6 ਨੰਬਰ ਗਲੀ ਇਹੋ ਹੀ ਝਾਲ ਦੇ ਮਸ਼ਹੂਰ ਅਮਰੂਫ ਹਾਂਜੀ ਤੇ ਤੁਸੀਂ ਇਹ ਦੱਸੋ ਕਿ ਪੈਂਟਾਂ ਕਿੰਨੀਆਂ ਨੇ ਮਰੇ ਬੰਦੇ ਦੇ ਕੱਪੜੇ ਰਫੂ ਕਰ ਦਿੰਦੇ ਫੌਤ ਹੋਇਆ ਇੱਕ ਬੰਦਾ ਐਕਸੀਡੈਂਟ ਨਾਲ ਫੌਤ ਹੋਇਆ ਤੇ ਕੱਪੜੇ ਸਾਰੇ ਖਰਾਬ ਹੋ ਗਏ ਉਹਦੇ ਐਕਸੀਡੈਂਟ ਨਾਲ ਫੌਤ ਹੋਇਆ ਹਾਂਜੀ ਉਹ ਯਾਰ ਤੁਸੀਂ ਕੱਪੜੇ ਜਗ੍ਹਾ ਜਗ੍ਹਾ ਤੇ ਨਾ ਕੱਪੜੇ ਫਟ ਗਏ ਤੋ ਕੱਪੜੇ ਅਸੀਂ ਕਿਸੇ ਨੂੰ ਦੇਣਾ ਨਹੀਂ ਚਾਹ ਰਹੇ ਤੇ ਰਫੂ ਕਰਕੇ ਕੀ ਕਰਨਾ ਤੇ ਮੈਂ ਕਹਿੰਦਾ ਕਿਸੇ ਮਰੇ ਬੰਦੇ ਕੋਲ ਹੀ ਚਾਹੀਏ ਤੇ ਮਤਲਬ ਜਿਹੜਾ ਬੰਦਾ ਇੱਕ ਕੰਮ ਅੱਛਾ ਕਰਦਾ ਹੋਵੇ ਰਫੂ ਉਹ ਭਾਜੀ ਮੈਂ ਹੀ ਹਾਂ ਬਿੱਲਾ ਰਫੂਗਰ ਮੈਂ ਹੀ ਹਾਂ ਵਹਾਓ ਕਿਹੜੀਆਂ ਨੇ ਪੈਂਟਾਂ ਤੁਹਾਡੇ ਕੋਲ ਪੈਂਟਾਂ ਦਿਖਾ ਦਿੰਦੇ ਤੁਹਾਨੂੰ ਤੁਹਾਡਾ ਕੰਮ ਪਹਿਲੇ ਮੈਂ ਪਹਿਲੇ ਤੁਹਾਡਾ ਕੰਮ ਦੇਖ ਲੈਣਾ ਕਿ ਤੁਸੀਂ ਕਿੱਡਾ ਅੱਛਾ ਕੰਮ ਕਰਦੇ ਹੋ ਦੇਖੋ ਸਰ ਦੇਖਦੇ ਹੋ ਇਹ ਕਿੰਨਾ ਸੀ ਇੱਥੇ ਤੱਕ ਸੀ ਨਜ਼ਰ ਨਜ਼ਰ ਨਹੀਂ ਆ ਰਿਹਾ ਮੈਨੂੰ ਇਹ ਦੇਖੋ ਤੇ ਸਾਰਾ ਮੈਂ ਸਿਲਾਈ ਕਰ ਦਿੱਤਾ ਵੈਰੀ ਗੁੱਡ ਇਹ ਸਾਰਾ ਫਟਿਆ ਥੋੜਾ ਰਹਿ ਗਿਆ ਬਿੱਲਾ ਐਵੇਂ ਨਹੀਂ ਹੋਇਆ ਬਿੱਲਾ ਨਹੀਂ ਐਵੇਂ ਹੋਇਆ ਬਿੱਲੇ ਦਾ ਨਾਮ ਐਵੇਂ ਨਹੀਂ ਹੋਇਆ ਜੀ ਦੱਸੋ ਪੈਂਟਾਂ ਕਿੱਥੇ ਬਿੱਲਾ ਰਫੂ ਗਰ ਬਿੱਲੇ ਦਾ ਨਾਂ ਹੋਇਆ ਭਾਜੀ ਸਰ ਐਵੇਂ ਨਹੀਂ ਅਸੀਂ ਆਏ ਇਹ ਦੇਖੋ ਇਹ ਦੇਖ ਰਹੇ ਹੋ ਜੀ ਦੇਖ ਰਹੇ ਭਾਜੀ ਕੀ ਇਹ ਪੈਂਟਾਂ ਹੀ ਨੇ ਬਿੱਲੀ ਛੱਡਣ ਆਇਆ ਯਾਨੀ ਕਿ ਬਿੱਲੇ ਕੋ ਬਿੱਲੀ ਛੱਡਣ ਆਇਆ ਨਹੀਂ ਤੁਸੀਂ ਗਲਤ ਸਮਝੇ ਜਦੋਂ ਇਹ ਸ਼ਾਪਰ ਹੈ ਫਿਰ ਕੱਪੜੇ ਹੀ ਹੋਣੇ ਕੱਪੜੇ ਇਹਦੇ ਉਹੀ ਤਾਂ ਮੈਂ ਕਹਿੰਦਾ ਕਿ ਪੈਂਟਾਂ ਹੀ ਨੇ ਹੋਰ ਬੱਚਿਆਂ ਦਾ ਸਮਾਨ ਕੀ ਹੋ ਸਕਦਾ
ਕਵਰ ਕੁਵਰ ਕੱਢ ਲੈਂਦੇ ਭਾਜੀ? ਕਵਰ ਨਹੀਂ ਮੈਂ ਰੱਖੂਗਾ ਨਾ, ਮੈਂ ਕਿੱਥੇ ਕਵਰ ਕੱਢਣੀ? ਵੈਸੇ ਮੈਂ ਪੁੱਛਿਆ, ਮੈਂ ਕਿਹੜੀ ਗੱਲ ਕਰਦੇ ਪਏ ਤੁਸੀਂ? ਸ਼ਕਲ ਮੁਬਾਰਕ ਇਸ ਤਰ੍ਹਾਂ ਦੀ ਹੈ ਨਾ? ਨਹੀਂ ਸ਼ਕਲ ਮੁਬਾਰਕ ਨਹੀਂ ਇਸ ਤਰ੍ਹਾਂ ਦੀ, ਤੁਹਾਡੀ ਅਕਲ ਮੁਬਾਰਕ ਇਸ ਤਰ੍ਹਾਂ ਦੀ ਕਿ ਤੁਹਾਨੂੰ ਗਲਤ ਫਹਿਮੀ ਲੱਗ ਰਹੀ। ਚਿਹਰਾ ਮੁਬਾਰਕ ਇਸ ਤਰ੍ਹਾਂ ਦਾ ਕਿ ਬੰਦਾ ਪੁੱਛ ਲੈਂਦਾ ਕਿ ਭਾਜੀ ਕੋਈ ਹੋਰ ਕੰਮ ਵੀ ਕਰ ਲੈਂਦੇ? ਉਹ ਭਾਜੀ ਹੋਰ ਕੋਈ ਕੰਮ ਨਹੀਂ ਕਰਦਾ, ਮੈਂ ਰਫੂਗਾਰ ਹਾਂ। ਜੋ ਕੀ ਕਰਵਾਉਣਾ ਕੀ ਹੈ ਤੁਸੀਂ? ਜੇਬਾਂ ਕੱਟ ਲੈਂਦੇ? ਜੇਬ ਕੱਟੀ? ਮੈਂ ਚਿਹਰੇ ਦੇ ਹਿਸਾਬ ਨਾਲ ਗੱਲ ਕਰ ਰਿਹਾ, ਪਰ ਮੈਂ ਇਲਜ਼ਾਮ ਨਹੀਂ ਲਾ ਰਿਹਾ, ਜਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇਹ ਕੰਮ ਕਰਦੇ ਹੋ। ਮੈਂ ਪੁੱਛ ਰਿਹਾ ਕਿ ਅਗਰ ਤਾਂ ਰੁਦਈਏ ਤਾਂ ਮੇਰੇ ਹਿਸਾਬ ਨਾਲ ਤੁਸੀਂ? ਉਹ ਭਾਜੀ ਜੇਬ ਫਟੀ ਹੋਈ ਤਾਂ ਉਹਨੂੰ ਅਸੀਂ ਰਫੂ ਕਰ ਦਈਦਾ ਹੈ। ਗੱਲ ਕਰਨ ਦਾ ਮਕਸਦ ਹੈ ਤੁਹਾਡਾ? ਵੇਖੋ ਹੁਣ ਗੰਨੇ ਦਾ ਸੀਜ਼ਨ ਆ ਗਿਆ। ਹਾਂਜੀ ਆ ਗਿਆ। ਗੰਢੇਰੀਆਂ ਕੱਟ ਲੈਂਦੇ? ਇੰਜ ਇੰਜ ਤੁਹਾਡਾ ਮੂੰਹ ਫੇਸ ਇਸ ਤਰ੍ਹਾਂ ਦਾ ਵਾ ਨਾ ਭਾਈ? ਮੈਂ ਰਫੂ ਕਰ ਰਿਹਾ, ਕਦੀ ਕਬਰ ਕੱਢ ਲੈਂਦਾ, ਕਦੀ ਗੰਢੇਰੀਆਂ ਕੱਢ ਲੈਂਦਾ। ਉਹ ਮੈਂ ਭਾਈ ਇਹ ਕੱਪੜੇ ਦੇ ਮਤਲਬ ਜਿਹੜਾ ਕੰਮ ਹੈਗਾ ਉਹ ਦੱਸ ਦਿਓ। ਹਾਂਜੀ ਹਾਂਜੀ। ਕਫਨ ਸੀ ਲੈਂਦੇ? ਚਿਹਰੇ ਦੇ ਹਿਸਾਬ ਨਾਲ ਭਾਜੀ ਅਸੀਂ ਗੱਲ ਕਰਨੀ ਹੁੰਦੀ, ਅਸੀਂ ਉਸ ਤਰ੍ਹਾਂ ਗੱਲ ਕਰ ਹੀ ਨਹੀਂ ਸਕਦੇ। ਮੈਂ ਐਸੀ ਗੱਲ ਕਰਾਂ ਜਿਹੜੀ ਲੱਗੇ ਹੀ ਨਾ, ਅਗਲੇ ਚਾਰ ਬੰਦੇ ਮੈਨੂੰ ਕਹਿਣ ਭਾਈ ਉਹ ਲੱਗਦਾ ਹੀ ਨਹੀਂ। ਯਾਰ ਅਸਲ ਮਕਸਦ ਲਾ ਭਾਈ, ਜਿਹੜਾ ਤੇਰਾ ਕੰਮ ਹੈ ਨਾ, ਬੱਚੇ ਨਾ ਬੱਚੇ ਕ੍ਰਿਕਟ ਖੇਡਦੇ ਆ ਨਿੱਕੇ ਹੁੰਦੇ, ਹਾਂਜੀ ਉਹ ਫੁੱਟਬਾਲ ਖੇਡਦੇ ਆ। ਬਿਲਕੁਲ ਬਿਲਕੁਲ। ਤੁਸੀਂ ਮੇਰਾ ਯਕੀਨ ਆ, ਮੇਰਾ ਤੁਸੀਂ ਯਕੀਨਨ ਬਾਂਦਰ ਕਿੱਲਾ ਖੇਡਦੇ ਹੋਵੋਗੇ। ਚਿਹਰੇ ਦੇ ਹਿਸਾਬ ਨਾਲ ਮੈਂ ਗੱਲ ਕਰਨੀ, ਮੈਂ ਉਸ ਤਰ੍ਹਾਂ ਗੱਲ ਨਹੀਂ ਕਰ ਰਿਹਾ ਨਾ। ਮੈਂ ਕਦੀ ਝੂਠ ਬੋਲਣਾ ਕਿਉਂ ਚਾਚਾ ਜੀ? ਨਾ ਅਸੀਂ ਗਲਤ ਬਿਆਨ ਨਹੀਂ ਕਰਨੀ, ਤੇ ਝੂਠ ਆਪਾਂ ਬੋਲਦੇ ਨਹੀਂ, ਆਪਾਂ ਉਹੋ ਜਿਹੀ ਗੱਲ ਕਰੀਦੀ ਜਿਹੜਾ ਅਗਲਾ ਬੰਦਾ ਲੱਗੇ। ਰਫੂ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ? ਮੈਂ 18 ਸਾਲ ਹੋ ਗਏ ਮੈਨੂੰ ਜੀ, ਮੈਂ ਇੱਥੇ ਰਫੂ ਕਰ ਰਿਹਾ। ਬਰਫ਼ 'ਚ ਕੁੱਤਾ ਫੜਿਆ ਕਦੀ ਭਾਜੀ? ਭਾਜੀ ਅਸੀਂ ਚਿਹਰੇ ਦੇ ਹਿਸਾਬ ਨਾਲ ਗੱਲ ਕਰੀਦੀ, ਅਸੀਂ ਉਸ ਤਰ੍ਹਾਂ ਗੱਲ ਨਹੀਂ ਕਰ ਸਕਦੇ। ਕਿਉਂਕਿ ਜਿਸ ਤਰ੍ਹਾਂ ਦਾ ਮਾਸ਼ਾਅੱਲਾ ਦੇਖੋ ਨਾ, ਤੁਸੀਂ ਮੇਰੇ ਵੱਲ ਵੇਖ ਰਹੇ ਲੱਗਦਾ, ਮੇਰੇ ਵੱਲ ਵੇਖ ਰਹੇ ਲੱਗਦਾ ਪਰੇ ਨੂੰ ਵੇਖ ਰਹੇ। ਤੁਹਾਡੇ ਵਰਗਾ ਬੰਦਾ ਜਾ ਰਿਹਾ ਹੋਵੇ ਲੱਗਦਾ ਆ ਰਿਹਾ। ਓ ਯਾਰ ਭਾਈ ਸਮਾਨ ਵਾ ਜਿਹੜਾ ਹੈਗਾ ਰਫੂ ਭਾਜੀ। ਓ ਯਾਰ ਰਫੂ ਹੀ ਹੋਰ, ਮੈਂ ਦੁੱਖ ਮਿਲਣ ਦਾ ਸ਼ਰਬਤ ਲਾਇਆ, ਰਫੂ ਕਰਨੀ ਆ ਮੈਂ। ਸਹੀ ਹੈ, ਠੀਕ ਆ। ਤੇ ਭਾਜੀ ਨੀਹਾਂ ਕਢਾਣੀਆਂ ਸੀ, ਮੈਂ ਕਿਹਾ ਚਲੋ ਭਾਜੀ ਕੋ ਚੱਲਨੇ, ਭਾਜੀ ਬਿੱਲੇ ਕੋ। ਯਾਰ ਭਾਈ ਤੂੰ ਕੀ ਕਢਵਾਉਣ ਆਇਆ? ਤੂੰ ਇਹ ਜਿਹੜੇ ਕੱਪੜੇ ਦੇ ਇਹਦੇ ਥੱਲੇ ਚੋਂ ਕੱਢ ਰਿਹਾ ਤੂੰ? ਇਹ ਭਾਜੀ ਦੇਖੋ ਨਾ, ਹਾਂ ਵਾਹ ਰੇ, ਇਹ ਦੇਖੋ ਇਹ ਪੈਂਟ ਹੈ, ਦਿਖਾਓ। ਮੈਂ ਤੁਹਾਨੂੰ ਦਿਖਾਉਣਾ ਭਾਜੀ, ਲੰਡੇ ਦੇ ਕੋਟ ਚੋਂ ਕਦੀ 1500 ਲੱਭਾ ਤੁਹਾਨੂੰ? ਤੁਹਾਡੇ ਬੰਦੇ ਤਲਾਸ਼ੀ ਲੈ ਲੈਂਦੇ ਹੁੰਦੇ ਨੇ ਲੰਡੇ ਦੇ ਕੱਪੜਿਆਂ 'ਚ, ਸ਼ਾਇਦ ਕੋਈ ਅੰਗਰੇਜ਼ਾਂ ਦਾ ਕੋਈ 150 ਵਿੱਚ ਪਿਆ ਹੋਵੇ। ਮੈਂ ਲੰਡੇ ਵੱਲ ਕਦੀ ਗਿਆ ਨਹੀਂ। ਚੰਗਾ ਕਰਦੇ ਹੋ, ਸੀਓ ਤੁਸੀਂ ਆਪਣਾ ਕਰੋ, ਪੈਂਟ ਮੈਂ ਦੂਜੀ ਲੈ ਆਇਆ ਕਰੋ। ਪੈਂਟ ਮੈਂ ਕਿਹੜੀ ਬੱਚੇ ਦੀ ਰੱਖੀ ਸੀ, ਨਿਕਲ ਕਿਹੜੀ ਆਈ ਵੇਖੋ ਨਾ। ਫੋਨ ਕਰਕੇ ਮੰਗਾ ਲਓ। ਕੋਈ ਨੀ ਕੋਈ ਨੀ। ਸਿਰ ਤੇ ਕੰਘਾ ਫੇਰਦੇ ਕੋਈ ਝਾੜੂ ਫੇਰਦੇ ਭਾਈ? ਉਂਗਲ ਤੇ ਨਾ ਮਾਰ ਲੈਣਾ ਆਪਣੇ ਭਾਜੀ। ਉਹ ਨਹੀਂ ਭਾਜੀ, ਉਂਗਲ ਤੇ ਨਹੀਂ ਮਾਰਦੇ, ਤੁਸੀਂ ਜਿਹੜੇ ਕੰਮ ਆਏ ਉਹ ਦੱਸੋ ਕੀ ਗੱਲ। ਨਜ਼ਰ ਠੀਕ ਕਰੋ, ਬਗੈਰ ਧਾਗੇ ਤੋਂ ਤੁਸੀਂ ਸੂਈ ਚਲਾਈ ਜਾ ਰਹੇ, ਖਿਆਲੀ ਰਫੂ ਕਰਦੇ? ਨਹੀਂ ਪਹਿਲੇ ਭਾਜੀ ਉਹ ਪ੍ਰੈਕਟੀਕਲ ਕਰੀਦਾ ਨਾ, ਸਾਡਾ ਸੂਈ ਨਗਾਈ ਦੀ, ਉਸ ਤੋਂ ਬਾਅਦ ਫਿਰ ਧਾਗੇ। ਹਵਾਈ ਚੀਜ਼ਾਂ ਲੱਗ ਰਹੇ ਹੋ ਤੁਸੀਂ ਬੰਦੇ, ਧਾਗਾ ਹੈ ਹੀ ਨਹੀਂ ਯਾਰ, ਧਾਗਾ ਹੀ ਹੈ ਕੀ ਹੈ ਯਾਰ। ਅੱਛਾ ਧਾਗਾ ਹੀ, ਠੀਕ ਹੈ ਠੀਕ ਹੈ ਠੀਕ, ਇਹ ਧਾਗਾ ਹੀ ਹੈ। ਹਾਂਜੀ, ਲੈਣਾ ਕੀ ਹੈ, ਦੇਣਾ ਕੀ ਹੈ, ਕਰਨਾ ਕੀ ਹੈ? ਮਰੇ ਬੰਦੇ ਦੇ ਕੱਪੜੇ ਦੇਣੇ ਸੀ ਭਾਜੀ।
ਮਰੇ ਬੰਦੇ ਦੇ ਕੱਪੜੇ, ਉਹ ਯਾਰ ਮਰੇ ਬੰਦੇ ਦੇ ਨਹੀਂ ਜ਼ਿੰਦਾ ਬੰਦੇ ਦੇ ਕੱਪੜੇ ਹੁੰਦੇ ਨੇ, ਮਰੇ ਬੰਦੇ ਦੇ ਕੱਪੜੇ ਕੀ ਕਰਨੇ ਰਫੂ ਕਰਕੇ? ਮਰੇ ਤੇ ਨਹੀਂ ਹੁੰਦੇ, ਉਹ ਹੁੰਦੇ ਨੇ, ਤੂੰ ਕੀ ਕਰਨੇ ਰਫੂ ਕਰਕੇ ਮਰੇ ਬੰਦੇ ਦੇ? ਦੱਸ ਮੈਨੂੰ, ਸਵਾਬ ਹੋਏਗਾ ਭਾਜੀ, ਕਾਹਦਾ ਸਵਾਬ? ਤੁਹਾਡੇ ਵਾਲ ਆ ਜਾਣਗੇ ਅਗਰ ਤੁਹਾਨੂੰ ਸਵਾਬ ਹੋਇਆ। ਯਾਰ ਭਾਈ ਤੂੰ ਦੱਸ ਕੰਮ ਕੀ ਕਰਵਾਉਣਾ ਹੈ, ਨਾਲੇ ਕੀ ਬੱਚੇ ਨੂੰ ਕਿਹਨੂੰ ਨਾਲ ਲਈ ਫਿਰ? ਬੱਚੇ ਦੀ ਪੈਂਟ ਆ, ਮੈਨੂੰ ਕਹਿ ਰਿਹਾ ਜੀ ਜਾਣਾ ਜਾਣਾ ਨਾਲ ਜਾਣਾ ਚਾਚੇ ਬਿੱਲੇ ਕੋਲ, ਚਾਚੇ ਬਿੱਲੇ ਕੋਲ। ਮੈਂ ਕਿਹਾ ਪਤਾ ਨਹੀਂ ਕੌਣ ਹੈ ਚਾਚਾ ਬਿੱਲਾ, ਉਹ ਬਾਅਦ 'ਚ ਪਤਾ ਲੱਗਾ ਵੀ ਇਹ ਤੁਸੀਂ। ਉਹ ਬੱਚੇ ਕਿੱਥੇ ਬਈ, ਪੈਂਟ ਕਿੱਥੇ ਚਿੰਟੂ, ਪੈਂਟ ਕਿਹੜੀ ਹੈ ਤੇਰੀ? ਆਹ ਯਾਰ ਇਹਦੀ ਪੈਂਟ ਆ, ਇਹ ਬੱਚੇ ਦੇ ਆ ਵੱਡੀ ਪੈਂਟ। ਆਹੋ ਇੱਕ ਤੇ ਛੋਟੀ ਕਰਾਣੀ ਭਾਜੀ। ਯਾਰ ਇਹ ਜੇ ਛੋਟੀ ਕਰਾਣੀ ਦਰਦੀ ਕੋਲ ਲੈ ਕੇ ਜਾ, ਮੇਰਾ ਕੰਮ ਹੈਗਾ ਰਫੂ ਦਾ। ਅਗਰ ਪੈਂਟ ਫਟੀ ਹੈ ਜਾਂ ਕੋਈ ਰਗੜ ਉਗੜ ਲੱਗੀ ਤੇ ਉਹ ਮੈਂ ਕਰਨਾ ਵਾ। ਇਹ ਦੇਖੋ ਇਹ ਮੈਂ ਕਰ ਦਿੰਦਾ ਤੁਹਾਨੂੰ। ਹਾਂਜੀ ਇਹ ਹੀ ਕਰਾਣੀ ਨਾ, ਇਹ ਮੈਂ ਕਰਵਾ ਦਿੰਦਾ ਤੁਹਾਨੂੰ। ਹਾਂਜੀ ਇਹ ਫੜੋ, ਕਰ ਦਿੰਦਾ ਮੈਂ। ਠੀਕ, ਇੱਕ ਪੈਂਟ ਹੋ ਗਈ ਭਾਜੀ, ਇੱਕ ਪੈਂਟ ਹੋ ਗਈ। ਜੁੱਤੀ ਸੀ ਲੈਂਦੇ ਭਾਜੀ, ਬੂਟ ਪਾਟੇ ਮੈਂ। ਯਾਰ ਕਿਹੜਾ ਕੰਮ ਤੂੰ ਕਰੀ ਜਾ ਰਿਹਾ, ਬੂਟ ਖੇਡੀ ਦੇ ਨਾ ਫੁੱਟਬਾਲ। ਨਹੀਂ ਜੁੱਤੀ ਛੁੱਤੀ ਨਹੀਂ ਮੈਂ ਸਿਲਦਾ, ਬਸ ਇਹ ਹੀ ਪੂਰੀ ਪੈਂਟ 'ਚ। ਹਾਂਜੀ ਹਾਂਜੀ ਮੈਂ ਕਰ ਦਿੰਦਾ ਭਾਜੀ। ਇਹ ਪੈਂਟ ਛੋਟੀ ਕਰਨੀ? ਯਾਰ ਪੈਂਟ ਮੈਂ ਨਹੀਂ ਛੋਟੀ ਕਰਨੀ, ਦਰਜੀ ਕੋ ਕਰਵਾਉਣੀ ਹੈ। ਇਹਦਾ ਮੈਂ 300 ਰੁਪਇਆ ਲੈਣਾ ਜੀ। ਕਿਹਦਾ? ਇਹਦਾ। ਇੰਨੇ ਕੁ ਦਾ? ਇੰਨੇ ਕੁ ਦਾ ਹੀ ਹੈ, ਤੂੰ ਹੋਰ ਪੜਵਾ ਲਿਆ, 600 ਦੇ ਦੀ। ਇੰਨੇ ਦਾ ਲੈਣਾ, ਹੋਰ ਕਿੰਨੇ ਦਾ ਲੈਣਾ ਮੈਂ? 300 ਰੁਪਈਆ ਹੈ। ਉਹ 300 ਰੁਪਏ ਦਾ ਭਾਈ ਆਉਂਦਾ ਕੀ ਅੱਜ? ਜਾਂਦਾ ਤੇਰਾ ਜਾਂਦਾ ਕੀ ਹੈ, ਤੇਰਾ ਲੱਗਦਾ ਕੀ ਹੈ? ਕੈਚਅਪ ਕੈਚਅਪ ਨਾ ਕਰਨਾ, ਉਹ ਕੈਚਅਪ ਨਹੀਂ ਲਾ। ਮਾਇਨੀਜ਼ ਲਾਉਣਾ ਨਾਲ ਥੋੜ੍ਹੀ ਜੀ। ਉਹ ਮਾਇਨੀਜ਼ ਮੈਕਡੋਨਲਡ 'ਚ ਲੈ ਕੇ ਆਇਆ ਪਿੰਡ ਤੋਂ, ਮਾਇਨੀਜ਼ ਮੈਂ ਕਾਹਦੀ ਲਾਉਣੀ ਹੈ? ਹੈਂ ਉਸ ਬਾਬੇ ਦੀਆਂ ਮੁੱਛਾਂ ਵਾ, ਤੇਰੀ ਟਿੰਡ ਵੀ ਖਾਲੀ ਹੈ। ਸਬਜ਼ੀ ਲੈਣ ਜਾਈਏ ਨਾ ਭਾਜੀ। ਹਾਂਜੀ ਤੇ 300 ਰੁਪਏ ਦਾ ਅਗਲਾ ਧਨੀਆ ਨਹੀਂ ਦੇ ਰਿਹਾ। ਤੈਨੂੰ ਨਾ ਲਵੇ ਬੰਦਾ ਤੇ ਹਾਂਡੀ 'ਚ ਬਜਰੀ ਪਾ ਲਵੇ। ਬੜੀ ਗੱਲ ਹੈ, ਨਾਲ ਤੇ ਹਾਂਡੀ ਦਾ ਸ਼ਿੰਗਾਰ ਹੁੰਦਾ ਹੈ। 300 ਰੁਪਇਆ ਲੱਗਣਾ ਹੈ। ਹਾਂਜੀ ਕਰਦੇ ਆ। ਇਹਦਾ ਪਹਿਲੇ ਕੱਛਾ ਬਣਾਉਣਾ ਵਾ ਪਿੰਡ ਦਾ, ਬਾਅਦ 'ਚ ਇਹਨੂੰ ਬਾਹਾਂ ਲਾ ਕੇ ਸ਼ਰਟ ਬਣਾਉਣੀ। ਕਿੰਨੇ ਪੈਸੇ ਦੱਸ? ਉਹ ਯਾਰ ਕੱਛਾ ਕੁੱਛਾ ਮੈਂ ਨਹੀਂ ਬਣਾਉਣਾ ਭਾਈ, ਮੈਂ ਸਿਰਫ ਇਹਨੂੰ ਰਫੂ ਕਰਨਾ ਹੈ ਤੇ 300 ਰੁਪਇਆ ਲੱਗਣਾ ਤੇਰਾ। ਮੈਂ 300 ਰੁਪਇਆ ਤੈਨੂੰ ਕਿਹਾ, ਚਲ ਰੁਪਇਆ ਵੀ ਨਹੀਂ ਘੱਟ ਹੋਣਾ। ਚਾਂਦੀ ਦਾ ਧਾਗਾ ਲਾਉਣਾ ਤੂੰ? ਉਹ ਚਾਂਦੀ ਦਾ ਧਾਗਾ ਨਹੀਂ, ਇਹ ਬਰੀਕੀ ਦਾ ਕੰਮ ਹੈ, ਸਾਡੀਆਂ ਅੱਖਾਂ ਰਹਿ ਗਈਆਂ ਕੰਮ ਕਰ ਕਰ। ਨਾ ਕਰ ਜਿਹੜਾ ਨਹੀਂ ਹੁੰਦਾ ਤੇ, ਉਹ ਮੈਨੂੰ ਆਉਂਦਾ ਤੇ ਮੈਂ ਕਰ ਰਿਹਾ ਵਾਂ। ਚੱਲ ਬਲਰਾਵਟ ਕਰ। 300 ਰੁਪਇਆ ਜੀ? ਹਾਂ ਪਹੁੰਚੇ ਤੇ ਤੰਗ ਕਰਨੇ ਆ, ਪਹੁੰਚੇ ਤੰਗ ਕਰਨੇ ਆ। ਯਾਰ ਪਹੁੰਚਿਆ ਛੋਂਚਿਆ ਤਾਂ ਮੈਨੂੰ ਨਹੀਂ ਪਤਾ, ਸਿਰਫ ਮੈਂ ਰਫੂ ਕਰਨਾ ਭਾਈ। ਅਸੀਂ ਜਿਪ ਲਾ ਕੇ ਤੇ ਬਟਨ ਲਾਉਣੇ 4, ਠੀਕ ਹੈ? 300 ਲੈ ਲਈ, 300 ਲੈ ਲਈ। ਜਿਪ ਜੁਪ ਤਾਂ ਮੈਂ ਨਹੀਂ ਕਰਦਾ ਭਾਈ, ਮੈਂ ਤੈਨੂੰ ਇਹ ਕਰਕੇ ਦੇ ਰਿਹਾ, ਵੇਖ ਲਾ। ਇਹਦੀ ਬਨੈਨ ਬਣਾ ਸਕਦਾ? 400 ਲੈ ਲਈ, 400 ਲੈ ਲਈ, ਬੋਲੀ ਨਾ ਅੱਗੋਂ। ਬਨੈਨ ਤੂੰ ਅੰਬ ਠੰਡੇ ਕਰ ਲੈਂਦੇ ਵਿੱਚ? ਤੂੰ 200 ਪੱਲਿਓ ਤੇ ਇਹਨਾਂ ਦਾ ਪੈਂਟ ਹੀ ਰੱਖ ਲਾ। ਚੱਲ ਓ ਯਾਰ ਮੈਂ ਕੱਲ ਹੀ ਰੱਖ ਲਾਂ ਪੈਂਟ। ਚੱਲ ਸੌਦਾ ਹੋ ਗਿਆ ਤੇਰਾ, ਸਾਡਾ ਕਹਿੰਦਾ ਸੌਦਾ ਹੋ ਗਿਆ ਯਾਰ। ਓਕੇ ਠੀਕ ਹੈ ਨਾ ਚਿੱਟੂ? ਹਾਂਜੀ ਬਸ ਠੀਕ ਹੈ। ਕਿਉਂ ਸਾਡੀ ਠੀਕ ਹੈ ਬੇਟਾ? ਇਹ 300 ਰੁਪਇਆ ਦੇਣਾ ਤੁਸੀਂ? ਹਾਂਜੀ ਤੇ ਦੇ ਦਈਏ 300। ਦੇ ਦੋ, ਦੇ ਦੋ 300। ਕੰਮ ਤੁਹਾਡਾ, ਮੈਂ ਪੈਂਟ ਤੇਰਾ, ਪੈਂਟ ਤੇਰੀ ਆ, ਵੇਖ ਲਾ। ਬਾਅਦ ਚ ਨਾ ਕਹਿੰ ਜੀ ਯਾਰ ਰਫੂ ਕਰਾਈ ਤੇ ਮੈਂ ਨਹੀਂ ਪਾਣੀ, ਫੇਰ ਨਹੀਂ ਉਹਨੇ ਸੀਣੀ ਆ, ਵੇਖ ਲਾ। ਆਹ ਤੇ ਗੱਲ ਸਹੀ ਆ। ਵਾਹ ਸਲੂਕੇ ਦੀ ਜੇਬ ਹੁੰਦੀ ਵੇ ਨਾ ਭਾਈ, ਕਿਹੜੀ ਜੇਬ ਹੁੰਦੀ ਹੈ, ਜੇਬ ਵੇਖ ਜਿਹੜੀ। ਬਸ ਠੀਕ, ਆਪਣੀ ਜੇਬ ਵੇਖ ਜਿਹੜੀ, 300 ਦੇਣਾ ਜੇ ਜੇਬ ਨੂੰ ਕੱਢ ਕੇ। ਬਿਲਕੁਲ ਠੀਕ ਹੈ। ਇਹ ਦੇਖੋ ਹੋਰ ਕੀ ਹੈ? ਹੋਰ ਭਾਜੀ ਇਹ ਕੁੜਤਾ ਵਾ ਬੱਚੇ ਦਾ। ਅੱਛਾ ਇਹਦੀ ਭਾਜੀ ਟੋਪੀ ਬਣਾਉਣੀ ਆ, ਐਸ ਐਸ ਦੀ, ਐਸ ਐਸ ਦੀ ਟੋਪੀ ਬਣਾਉਣੀ। ਮੈਂ ਕਿਹਾ ਫਰਮਾ ਟੈਪ ਆ ਨਾ ਸਿਰ।
ਇਹਦਾ ਬੰਦਾ ਯਾਰ ਫਰਮਾ ਟੈਪ ਹੈਲੋ ਪੈਂਟ ਹੋ ਗਈ ਤੁਹਾਡੀ ਅੱਛਾ ਜੀ ਤੇ ਸ਼ਾਮ ਨੂੰ ਲੈ ਜਾਣਾ ਹੋ ਗਈ ਹੈ ਤੇ ਸ਼ਾਮ ਨੂੰ ਰੰਗ ਕਰਨੀ ਭਾਜੀ ਨਾਲ ਉਹ ਨਹੀਂ ਰੰਗ ਨਹੀਂ ਕਰਨੀ ਉਹ ਵੀ ਦੇਣਾ ਕੁੜਤਾ ਇਕੱਠਾ ਹੀ ਕਰਕੇ ਫਿਰ ਸ਼ਾਮ ਨੂੰ ਮੈਂ ਕੁੜਤਾ ਵੀ ਲੈ ਲਓ ਭਾਜੀ ਲਿਆਓ ਸੂਈਆਂ ਨਵੀਆਂ ਲਿਆਓ ਤੁਸੀਂ ਭਾਜੀ ਖੁੰਡੀਆਂ ਵਾ ਤੁਹਾਡੀਆਂ ਉਹ ਨਹੀਂ ਖੁੰਡੀਆਂ ਮੈਂ ਬੱਕਰਾ ਦੇਵਾ ਕਰਨਾ ਦੇ ਨਾਲ ਖੁੰਡੀਆਂ ਨੇ ਇਹ ਸੂਈ ਸਹੀ ਹੈ ਬਿਲਕੁਲ ਇਹ ਵਾਸ਼ਲ ਕਿਤੋਂ ਫਟੀ ਆ ਤੁਹਾਡੇ ਕੰਨ ਨਾ ਨਾ ਹੁੰਦਾ ਐਨਕ ਜਾ ਪੈਣੀ ਸੀ ਕੰਨਾਂ ਦੀ ਵਜ੍ਹਾ ਤੋਂ ਰੁਕੀ ਹੈ ਨਾ ਤੇ ਤੁਹਾਡੀ ਰਹਿ ਜਾਣੀ ਸੀ ਤੁਹਾਡੇ ਵੀ ਕੰਨ ਨੇ ਕੇਲੇ ਲਵਾਏ ਹੋਏ ਜੇ ਅੱਛਾ ਜੀ ਖਾਨਦਾਨੀ ਕੰਮ ਭਾਜੀ ਉਹ ਯਾਰ ਖਾਨਦਾਨ ਦਾ ਕੀ ਤਾਂ ਲੱਗਿਆ ਇਹਦੇ 'ਚ ਮੈਂ ਕਿਹਾ ਸੂਈਆਂ ਜ਼ਿਆਦਾ ਪੁਰਾਣੀਆਂ ਨਾ ਦਿਲ ਕਰੇ ਦਾਦਾ ਜੀ ਨੇ ਖਰੀਦੀਆਂ ਹੁਣ ਪੁਰਾਣੀ ਸੂਈ ਦਾ ਨਵਾਂ ਹੁੰਦੀ ਨਾ ਅੱਛੇ ਤਰੀਕੇ ਨਾਲ ਚੱਲਦੀ ਤੇਜ਼ ਚੱਲਦੀ ਹਾਂ ਹਾਂ ਸਮਝੇ ਨਾ ਮੇਰੀ ਗੱਲ ਦੇਸੀ ਕਿਉਂ ਦੀ ਸੂਈ ਤੇਜ਼ ਚੱਲਦੀ ਤਾਕਤ ਵਾਲੀ ਉਹ ਤਾਕਤ ਦੀ ਨਹੀਂ ਗੱਲ ਇਹ ਹੱਥ 'ਤੇ ਚੜੀ ਹੁੰਦੀ ਸੂਈ ਇਹ ਕਹਿੰਦਾ ਟਕ 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 ਠੀਕ ਹੈ ਠੀਕ ਸਾਰਾ ਤੁਹਾਡੀ ਪੈਂਟ ਕੰਮ ਹੋ ਵੀ ਗਿਆ ਤੁਹਾਡਾ ਭਾਜੀ ਨਾਲਾ ਨਵਾਂ ਬਣਾ ਲੈਂਦੇ ਤੁਸੀਂ ਨਾਲੇ ਨਹੀਂ ਹੁੰਦੇ ਹਜ਼ਾਰ ਬੰਦ ਭਾਜੀ ਨਾਲਿਆਂ ਦਾ ਨਹੀਂ ਮੇਰਾ ਸਿਸਟਮ ਮੈਂ ਤੁਹਾਨੂੰ ਅਰਜ਼ ਕੀਤਾ ਹੈ ਕਿ ਜਨਾਬ ਮੈਂ ਸਿਰਫ ਰਫੂਗਾਰ ਹਾਂ ਠੀਕ ਫਟੀਆਂ ਚੀਜ਼ਾਂ ਨੂੰ ਮੈਂ ਰਫੂ ਕਰਨਾ ਇੰਨੇ ਕੰਮ ਦੇ ਇੰਨੇ ਪੈਸੇ ਨਹੀਂ ਬਣਦੇ ਭਾਜੀ ਸਿੱਧੀ ਜਿਹੜੀ ਗੱਲ ਕਰਨਾ ਕਰੋ ਨਹੀਂ ਕਰਨਾ ਛੱਡ ਦਿਓ ਬਾਕੀ ਅਸੀਂ ਘਰੋਂ ਕਰਾ ਲਾਂਗੇ ਉਹ ਭਾਈ ਹੁਣ ਮੈਂ ਕਰ ਦਿੱਤਾ 300 ਰੁਪਈਆ ਦੇ 300 ਕਾਹਦਾ ਦੇ ਦਈਏ ਇਹਦਾ ਹੋਰ ਕਾਹਦਾ 300 ਕਾਹਦਾ ਮੈਂ ਓ ਯਾਰ ਤੇਰੇ ਮੈਂ ਗੱਲ ਮੁੱਕਿਆ 300 ਰੁਪਈਆ ਦੇਣਾ ਤੂੰ ਕਾਫੀ ਮੰਗਾਈ ਤੇਰੇ ਕੋਲ ਮੈਂ 300 ਕਾਫੀ ਮੰਗਾਈ ਆ ਧਾਗਾ ਤੋੜ ਲਾ ਤੂੰ ਆਪਣਾ ਭਾਈ ਆ ਲੈ ਤੋੜ ਕੇ ਵਹਾ ਆ ਲੈ ਤੋੜ ਲਿਆ ਚੱਲ ਪੈਸੇ ਦੇ ਪੈਸੇ ਕਾਹਦੇ ਅੱਧਾ ਕੰਮ ਕੀਤਾ ਅੱਧਾ ਕਿਹੜਾ ਕੰਮ ਕੀਤਾ ਹੈ ਇਹ ਥੈਲਾ ਤੇ ਮੇਰੇ ਕੋਲ ਹੀ ਹੈ ਚੱਲ ਲੈ ਜਾ ਥੈਲੇ 'ਚ ਖਰਬੂਜ਼ੇ ਪਾਉਣੇ ਤੂੰ ਫੜ ਪੁੱਤਰ ਆਪਣਾ ਮੁੰਡਾ ਬਹੁਤ ਬਦਤਮੀਜ਼ ਹੈਗਾ ਈ ਫਿਰ ਨਾ ਕੀ ਦੱਸਿਆ 300 ਰੁਪਇਆ ਦੇ ਦੇ ਇਹਨੇ ਨਸ ਕੇ ਟੱਕਰ ਮਾਰਨੀ ਤੇਰੇ ਮੁਹੱਲੇ 'ਚ ਛੋਟਾ ਭੇਡੂ ਮਸ਼ਹੂਰ ਆ ਬੱਚਾ ਕੰਮ ਹੀ ਨਹੀਂ ਪੂਰਾ ਕੀਤਾ ਪੈਸੇ 300 ਰੁਪਇਆ ਦੇ ਆ ਭਾਈ ਕੰਮ ਨਹੀਂ ਪੂਰਾ ਕੀਤਾ ਹੋਰ ਮੈਂ ਕੀ ਕਰਾਂ ਤੇਰਾ ਕੰਮ ਇੱਥੇ ਮੈਂ ਕੋਈ ਦੀਵਾਰ ਕਦੀ ਕਰ ਰਿਹਾ ਮੈਂ ਖੜੀ ਮੈਂ ਤੇਰੇ ਕੋਲ ਆਲੂ ਵਾਲਾ ਪਰੌਂਠਾ ਲੈ ਲਿਆ 300 ਦੇ ਉਹ 300 ਰੁਪਇਆ ਰਫੂ ਦਾ ਮੰਗ ਰਿਹਾ ਮੈਂ ਹੋਰ ਕਾਹਦਾ ਮੰਗ ਰਿਹਾ ਰਫੂ ਦੇ ਇੰਨੇ ਪੈਸੇ ਤੇ ਨਹੀਂ ਹੁੰਦੇ ਹੋਰ ਕਿੰਨੇ ਹੁੰਦੇ ਨੇ 2 ਰੁਪਈਏ ਹੁੰਦੇ ਨੇ ਤੂੰ ਪੈਂਟ ਪਾੜ ਦੇ ਦੁਬਾਰਾ ਭਾਈ ਤੂੰ ਅਗਰ ਧਾਗਾ ਕੱਢ ਲਾ ਲੈ ਹੋਰ ਤੂੰ ਕੱਢ ਲਾ ਆਪਣਾ ਧਾਗਾ ਉਹ ਧਾਗਾ ਹੁਣ ਮੈਂ ਕਿਸ ਤਰ੍ਹਾਂ ਕੱਢ ਲਵਾਂ ਕੱਢ ਲਾ ਧਾਗਾ ਯਾਰ ਪੈਸੇ ਦੇ ਭਾਈ 300 ਦਾ ਧਾਗਾ ਇੱਕ ਨਲਕੀ ਆ ਤੇ ਤੂੰ ਕਿੰਨੇ ਪੈਸੇ ਲੈਣ ਡਿਆ ਓ ਯਾਰ ਅਸੀਂ ਆਪਣੀ ਮਿਹਨਤ ਲੈਣੀ ਅੱਡੇ ਦਾ ਕਿਰਾਇਆ ਦਿੰਨੇ ਇੱਥੇ ਸਾਰਾ ਸਿਸਟਮ ਬਿਜਲੀ ਦਾ ਬਿੱਲ ਦੇ ਸਾਰਾ ਸਿਸਟਮ ਵੀ ਬੈਠਾ ਇੱਥੇ ਬੜੀਆਂ ਲਾਈਟਾਂ ਲਾਈਆਂ ਤੂੰ ਉਹ ਲਾਈਟਾਂ ਇੱਥੇ ਡਬਲ ਫਿਗਰ ਟੂਰਨਾਮੈਂਟ ਹੋ ਰਿਹਾ ਲਾਈਟਾਂ ਨਾ ਤੇਰਾ ਕੋਈ ਸ਼ਟਰ ਆ ਨਾ ਗੱਲ ਨਾ ਕੋ ਬਾਤ ਬੜਾ ਤੂੰ ਮਾਰਕੀਟ 'ਚ ਬੈਠਾ ਓ ਯਾਰ ਸ਼ਟਰ ਤੋਂ ਤੂੰ ਕੀ ਕਰਨਾ ਤੂੰ ਆਪਣਾ ਕੰਮ ਕਰਵਾ ਤਾਰੇ ਲਾਉਂਦਾ ਨਹੀਂ ਫੱਟਾ ਮੂਧਾ ਕਰਕੇ ਦੁਕਾਨ ਬੰਦ ਹੋ ਗਈ ਲੈ ਓਨੇ ਭਾਈ ਫੱਟਾ ਮੂਧਾ ਅਲਮਾਰੀਆਂ ਲੱਗੀਆਂ ਨੇ ਦੇ ਐ ਆਈ ਬਸ ਲੋਕੇ ਮਿਹਰਬਾਨੀ ਯਾਰ ਉਹ ਭਾਈ ਬੈਠ ਕੇ ਚੱਲ ਉਹ ਭਾਈ ਉਹ ਪੈਸਾ ਕੋਈ ਨਹੀਂ ਮਿਲਣਾ ਉਹ ਪੈਸੇ ਦੇ ਯਾਰ ਚੱਲ ਜਾ ਕੰਮ ਕਰ ਪੈਸੇ ਇੰਨਾ ਜਾਂ ਧਾਗਾ ਤਾਂ 300 ਇੱਕ ਮਿੰਟ ਗੱਲ ਸੁਣਿਆ ਨਾ ਤੇਰਾ ਸਿਰ ਪਾਟੇ ਟਾਂਕੇ ਲਵਾ ਕਿੰਨੇ ਪੈਸੇ ਲੱਗਣੇ ਤੂੰ ਮੇਰਾ ਸਿਰ ਪੜਵਾ ਲਾ 300 ਰੁਪਏ ਨਾ ਦੇਈ 300 ਨਹੀਂ ਦੇਣਾ ਉਹ ਭਾਈ 300 ਰੁਪਏ ਦੇ ਤੂੰ ਪੈਂਟ ਪਾੜ ਦੇ ਭਾਈ ਮੇਰੀ ਵੀ ਪਾੜ ਦੇ ਲੈ ਫੜ 300 ਨਹੀਂ ਹੈਗਾ ਚਲ ਆ ਯਾਰ ਚਲ ਗਾਹਕ ਆ ਗਏ ਨੇ ਚਲ ਆ ਚਲੀਏ ਗਾਹਕ ਆ ਗਏ ਨੇ ਪੈਂਟ ਤੇ ਮੇਰੇ ਕੋਲ ਹੀ ਨਾ ਪੈਂਟ ਤੇ ਤੇਰੇ ਕੋਲ ਹੀ ਆ ਇੱਧਰ ਫੜਾ ਪੈਂਟ ਪੈਂਟ